ਸਰਕਾਰ ਦੇ ਸੱਤਾ ਸੰਭਾਲਦੇ ਹੀ ਧੱਕੇਸ਼ਾਹੀਆਂ ਦਾ ਸਿਲਸਿਲਾ ਜ਼ੋਰ ਨਾਲ ਚੱਲ ਰਿਹਾ ਹੈ, ਜਿਸ ਦੀ ਮਿਸਾਲ ਹਲਕਾ ਖਡੂਰ ਸਾਹਿਬ ਦੇ ਕਈ ਪਿੰਡਾਂ ਦੇ ਅਕਾਲੀ ਕਿਸਾਨਾਂ ਤੋਂ ਮਿਲ ਰਹੀ ਹੈ। ਹੁਣ ਪਿੰਡ ਵਰਿਆਂ 'ਚ ਗੁੰਡਾਗਰਦੀ ਕਰਦਿਆਂ ਹਥਿਆਰਾਂ ਦੀ ਨੋਕ 'ਤੇ ਜ਼ਬਰਦਸਤੀ 10 ਏਕੜ ਤੋਂ ਵੱਧ ਕਣਕ ਵੱਢੀ ਗਈ। ਆਰੋਪੀ ਇਹ ਵਾਰਦਾਤ ਰਾਤ ਸਮੇਂ ਕਰਕੇ ਗਏ। ਪੀੜਤ ਕਿਸਾਨ ਗੁਰਦੇਵ ਸਿੰਘ ਨੇ ਇਨਸਾਫ ਦੀ ਮੰਗ ਕੀਤੀ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਪਹੁੰਚ ਕੇ ਜਾਂਚ ਕਰਦਾ ਨਜ਼ਰ ਆਇਆ। ਸਾਡੇ ਕੋਲ ਸਾਡੀ ਪੈਲੀ ਹੈਗੀ ਆ, ਸਾਡੇ 11 ਕਿੱਲੇ ਹੈ ਜੀ। 10 ਕਿੱਲੇ ਜਿਹੜੇ ਸਾਡੇ ਕੋਲ ਪੈਲੀ ਹੈਗੀ ਜੀ ਮਨਜੀਤ ਸਿੰਘ ਦੇ ਨਾਂ 'ਤੇ ਸਾਡੇ ਚੱਲਦੀ ਆਉਂਦੀ ਹੈ ਜੀ। ਉਹ ਸਾਡੇ ਕੋਲ ਪੈਲੀ 1.5 ਕਿੱਲਾ ਸਾਡੀ ਮਾਲਕੀ ਜੀ ਨਾਲ ਉੱਥੇ, ਅਤੇ ਸਾਡੇ ਕੇਸ ਕੋਰਟ ਦੇ ਵਿੱਚ 2 ਕੇਸ ਚੱਲਣ ਦੇ ਜੀ, ਇੱਕ ਸਚੇਤਾ ਸ਼੍ਰੀ ਦੇਵ ਦੇ, ਇੱਕ ਵਿਸ਼ਿਸ਼ਟ ਆਦਿ ਕੋਰਟ ਦੇ 'ਚ, ਅਤੇ ਕੋਈ ਇਹਨਾਂ ਕੋਲ ਸਟੇਅ ਨਹੀਂ, ਕੁਛ ਨਹੀਂ ਦੂਜੀ ਪਾਰਟੀ ਕੋਲ ਹੈਗਾ ਜੀ। ਸਾਡੇ ਨੂੰ ਧੱਕੇ ਨਾਲ, ਮਤਲਬ ਧੱਕਾ ਆ ਜੀ, ਇਹ ਤੋਂ ਬਾਅਦ ਹੋਰ ਕੀ ਕਹਿ ਸਕਦੇ ਜੀ। ਮੇਰੇ ਕੋਲ ਸਾਰੀ 10 ਕਿੱਲੇ, ਸਾਡੇ 10 ਕਿੱਲੇ ਪਹਿਲੇ ਕਣਕ ਵੱਢ ਕੇ ਲੈ ਜੀ ਸਾਡੇ। ਇਹ ਹੀਰਾ ਸਿੰਘ ਸਰਪੰਚ ਆ, ਸਾਬਕਾ ਸਰਪੰਚ ਰਹੇ ਉਹ ਆ, ਇਹ ਸਿੱਕੀ ਸਾਹਿਬ ਦੀ ਸਹਿਤ 'ਤੇ ਹੁੰਦੇ ਜੀ ਸਾਰਾ, ਉਹਨਾਂ ਸਹਿਤ 'ਤੇ ਮੈਂ ਤਾਂ ਕਹੂੰਗਾ ਜੀ, ਮੇਰੇ ਨੂੰ ਧੱਕਾ ਕਿੰਨੇ ਅੱਜ ਤੋਂ ਪਹਿਲਾਂ ਕਿੰਨੇ ਜੋ ਸਾਡੇ ਦਾਦਾ ਜੀ ਦੇ ਵਿੱਚ ਕਤਲ ਹੋਇਆ, ਉਸ ਤੋਂ ਬਾਅਦ ਕੋਈ ਗੱਲ ਹੀ ਨਹੀਂ ਹੋਈ ਹੋਣਾ, ਪਹਿਲੀ ਵਾਰ ਹੋਇਆ ਜੀ, ਸਰਕਾਰ ਚੇਂਜ ਹੋਈ ਹੈ, ਸੁਣਾ ਜੀ ਸਾਡੇ ਉੱਪਰ ਸਾਰਾ ਕੁਛ ਹੋ ਗਿਆ ਜੀ। ਅਸੀਂ ਸਭ ਚਾਹੁੰਦੇ ਹਾਂ ਵੀ ਸਾਡੇ ਨਾਲ ਇਨਸਾਫ ਮਿਲੇ ਜੀ ਸਾਨੂੰ। ਅਸੀਂ ਆ ਕੋਰਟ ਵੱਲ, ਸਾਡਾ ਕੇਸ ਚੱਲਦੇ ਆ, ਸਾਨੂੰ ਉੱਥੇ ਉੱਥੋਂ ਸੁਣਵਾਈ ਸਾਡੀ ਉੱਥੇ ਹੋਣੀ ਚਾਹੀਦੀ ਹੈ ਸਾਡੀ, ਅਤੇ ਪਹਿਲਾਂ ਸਾਡੇ ਨਾਲ ਧੱਕਾ ਹੋ ਗਿਆ ਜੀ। ਸਾਡੇ 3 ਲੱਖ ਰੁਪਏ ਦਾ ਨੁਕਸਾਨ ਹੋਇਆ ਜੀ ਘੱਟੋ ਘੱਟ। ਹਾਂਜੀ ਜੀ, ਮਤਲਬ ਤੁਹਾਨੂੰ ਇਸ ਤਰ੍ਹਾਂ ਕੋਈ ਇਨਸਾਫ ਨਹੀਂ ਮਿਲਦਾ ਇੱਧਰ ਉੱਧਰ, ਤੋਂ ਹੀ ਗਾੜੀ ਕੀ ਕਰਨ ਦਾ ਪਲਾਨ ਬਣਾਇਆ ਹੋਇਆ ਗਾੜੀ? ਅਸੀਂ ਸਰ ਪਹਿਲੀ ਗੱਲ ਤਾਂ ਅਸੀਂ ਉੱਚ ਅਫਸਰਾਂ ਤੱਕ ਕਰਾਂਗੇ, ਪਹਿਲਾਂ ਕਰਾਂਗੇ ਮਿਲ, ਉਹਨਾਂ ਤੱਕ ਪਹੁੰਚ ਕਰਾਂਗੇ। ਜੇ ਨਹੀਂ ਸਾਡੀ ਸੁਣਵਾਈ ਹੋਊਗੀ ਫਿਰ ਅਸੀਂ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਜੀ, ਹੋਰ ਕਰ ਸਕਦੇ ਜੀ। ਕੋਰਟ ਦਾ ਸਾਡੇ ਕੋਈ ਕੋਰਟ ਤੋਂ ਸਾਡੇ ਕੋਲ ਹੋਰ ਕੁਛ ਨਹੀਂ ਹੈਗਾ ਜੀ ਫਿਰ। ਨਹੀਂ ਸਰ, ਸਾਡਾ ਪਹਿਲੀ ਵਾਰੀ ਹੋਇਆ ਜੀ ਸਾਡੇ ਨਾਲ, ਅਤੇ ਅਸੀਂ ਤਾਂ ਪਤਕ ਜਿਉਂ ਮਤਲਬ ਵੱਡੇ ਹੋਏ, ਸਾਡੇ ਦਾਦਾ ਜੀ ਮਰ ਗਏ, ਫਾਦਰ ਸਾਹਿਬ ਦੀ ਡੈਥ ਹੋਈ ਹੈ ਜੀ, ਅਤੇ ਬਸ ਇਹੋ ਹੀ ਕੰਮ ਕਰਕੇ ਜੀ ਟਾਈਮ ਸਾਰਦੇ ਹਾਂ ਅਤੇ ਉਹ ਕਰਦੇ ਪਿਆ ਜੀ। ਸਰ ਕਹਿਣਾ ਤਾਂ ਇਹੋ ਹੀ ਆ ਵੀ ਹੱਥ ਜੋੜ ਕੇ ਬੇਨਤੀ ਵੀ ਇਹੋ ਜੀ ਨਾ ਕੀਤੀ ਜਾਵੇ, ਜੇ ਕੁਛ ਸੱਚ ਦੇ ਉੱਤੇ ਕੀਤੀ ਜਾਵੇ, ਇਸ ਤਰ੍ਹਾਂ ਜਿਹੜਾ ਝੂਠਾ ਕੰਮ ਉਹ ਨਾ ਕੀਤਾ ਜਾਵੇ ਜੀ। ਅਸੀਂ ਤਾਂ ਇਹਨੇ ਬੰਦ ਹੋਣਾ ਚਾਹੀਦਾ ਜੀ, ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ। ਰਾਤੀਂ ਜ਼ਬਰਦਸਤੀ ਧੁੱਕੇ ਨਾਲ ਹੀ ਲੈ ਗਏ ਆ, ਅਤੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ, ਕਿਉਂ ਇਹ ਗਾਂਹ ਮੁੜ ਕੇ ਕਈ ਵਾਰ ਵੱਧ ਜਾਂਦਾ ਇਹੋ ਜਿਹਾ, ਇਹ ਕਤਲ ਕੇ ਕਤਲਾਂ ਦੇ ਕੰਮ ਜੇ ਦਿਨੇ ਕੋਈ ਆਉਂਦੇ ਤਾਂ ਇੱਥੇ ਝਗੜਾ ਵੀ ਹੋ ਸਕਦਾ ਸੀ, ਅਤੇ ਰਾਤ ਨੂੰ ਆਣ ਕੇ ਜ਼ਬਰਦਸਤੀ ਵੱਢ ਕੇ 15-20 ਬੰਦੇ ਆਏ ਆ, ਅਤੇ ਗੁੰਡਾ ਕਰਦੀ ਆਏ ਸ਼ਰੇਆਮ ਧੱਕੇਸ਼ਾਹੀ ਕਰਨ ਡਿਆ। ਸੱਚ ਹੋਣ ਡਿਆ, ਬਿਲਕੁਲ ਸੱਚ ਹੋਣ ਡਿਆ ਜੀ, ਬਿਲਕੁਲ ਸੱਚ ਆ। ਬਿਲਕੁਲ ਡਰਾਇਆ ਧਮਕਾਇਆ ਜੀ, ਬਿਲਕੁਲ ਉਹ ਪਿੰਡਾਂ ਜਾਣ ਕੇ ਪ੍ਰੈਸ਼ਰ ਪਾਉਣ ਡਿਆ ਜੀ, ਐਂ ਕਰ ਦਾਂਗੇ ਪਿੰਡ 'ਚ ਸਾਡੇ ਮਜਬੀ ਸਿੰਘ ਨੂੰ ਕੱਲ੍ਹ ਪਰਸੋਂ ਧਮਕੀਆਂ ਦੇ ਕੇ ਗਏ ਆ ਮੈਂਬਰ ਪੰਚਾਇਤ ਸਾਡੇ ਨਾਲ, ਤੈਨੂੰ ਅਸੀਂ ਲੰਮੇ ਪਾਵਾਂਗੇ, ਤੈਨੂੰ ਉਹ ਕਰਾਂਗੇ, ਤੇਰੇ ਅਸੀਂ ਕਰਦਾਂਗੇ, ਇੱਦਾਂ ਕਰਦਾਂਗੇ, ਉੱਦਾਂ ਕਰਦਾਂਗੇ, ਇਹੋ ਜਿਹਾ ਗੁੰਡਾਗਰਦੀ ਪਿੰਡ 'ਚ ਵੀ ਬਹੁਤ ਜ਼ਿਆਦਾ ਕਰਨ ਡਿਆ ਆ। ਇਹ ਪਿੰਡ ਕਣਕ ਵੱਢ ਕੇ ਲੈ ਗਏ ਨਜਾਇਜ਼, ਕੋਈ ਬੰਦੇ ਆਏ ਰਾਤ, ਅਤੇ ਕੀ ਮਾਮਲਾ ਹੈਗਾ? ਇਹ ਤਾਂ ਪਰ ਇਹਨਾਂ ਨੇ ਹੁਣੇ ਮੈਨੂੰ ਕੰਪਲੇਂਟ ਕੀਤੀ, ਹੁਣੇ ਦੱਸਿਆ ਸੀਗਾ, ਅਤੇ ਆਹ ਤੁਹਾਡੇ ਸਾਹਮਣੇ ਆਪਾਂ ਮੌਕੇ 'ਤੇ ਆ ਗਏ ਹਾਂ, ਜੋ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ, ਆਪਣੇ ਕਾਗਜ਼ ਪੱਤਰ ਲੈ ਗਏ ਹੁਣ ਦੱਸਣ ਕਰਾਂਗੇ। ਪਿਛਲੇ ਲੰਬੇ ਦਿਨਾਂ ਤੋਂ ਇਹ ਸਾਰੇ ਹੋ ਰਿਹਾ ਇਸ ਤਰ੍ਹਾਂ ਦੇ ਕੰਮ? ਨਹੀਂ, ਮੈਨੂੰ ਇਹਦੇ ਬਾਰੇ ਹੋਰ ਕੋਈ ਕੰਪਲੇਂਟ ਨਹੀਂ ਆਈ ਹਜੇ। ਹਾਂਜੀ,